ਇਸ ਵੇਲੇ ਜਿਹੜੀ ਹੈਗੀ ਆ ਲੋੜ ਆ ਇੱਥੇ, ਵੈਸੇ ਸੰਗਤਾਂ ਸੇਵਾ ਕਰ ਰਹੀ ਆ, ਸੋ ਅਸੀਂ ਬਹੁਤ ਬਹੁਤ ਤੁਹਾਡੇ ਬਲੈਤੀਆ ਸਾਹਿਬ ਤਰਸੇਮ ਸਿੰਘ ਜੀ ਇਹਨਾਂ ਦੇ ਸਾਰੀ ਟੀਮ ਦਾ ਅਸੀਂ ਧੰਨਵਾਦ ਕਰਦੇ ਹਾਂ। ਅੱਜ ਇਹ 2 ਲੱਖ ਰੁਪਈਆ ਇੱਥੇ ਸੇਵਾ ਵਿੱਚ ਇਹਨਾਂ ਨੇ ਯੋਗਦਾਨ ਪਾਇਆ, ਗੁਰੂ ਪਾਤਸ਼ਾਹ ਚੜ੍ਹਦੀਆਂ ਕਲਾ ਬਖਸ਼ਣ, ਸੇਵਾ ਦੇ ਕਾਰਜ ਚੱਲ ਰਹੇ ਆ। ਹੁਣ ਵੀ ਜਿਹੜੀ ਹੈਗੀ ਆ ਤੁਸੀਂ ਜਾ ਕੇ ਪਿੰਡ ਦੇ ਵਿੱਚ ਇਹ ਧੱਕਾ ਵੱਜਦੀ ਹੈ, ਜੇ ਕਿਸੇ ਦੀ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ, ਕਿਸੇ ਦਾ ਘਰ ਬਣਾ ਕੇ ਦੇਣਾ ਚਾਹੁੰਦੇ ਆ ਜਾਂ ਹੋਰ ਕੋਈ ਸੇਵਾ ਕਰਨੀ ਚਾਹੁੰਦੇ ਆ, ਤੇ ਹੁਣ ਆਣ ਕੇ ਆਪ ਘਰਾਂ 'ਚ ਜਾ ਕੇ ਤੁਸੀਂ ਦੇਖ ਸਕਦੇ ਆ ਕਿ ਕਿੱਥੇ ਤੁਸੀਂ ਹੈਲਪ ਕਰ ਸਕਦੇ ਆ, ਕਿਉਂਕਿ ਉਸ ਵੇਲੇ ਪਾਣੀ 8-8 ਫੁੱਟ ਸੀਗਾ, ਲੋਕ ਘਰਾਂ ਤੋਂ ਬਾਹਰ ਸੀ, ਪਤਾ ਨਹੀਂ ਘਰ ਵਾਲਾ ਕਿੱਥੇ ਖੜ੍ਹਾ ਸੀ ਅਤੇ ਸਮਾਨ ਲੈਣ ਲਈ ਮੋਹਰੇ ਕੌਣ ਖੜ੍ਹੇ ਸੀ। ਪਰ ਹੁਣ ਜਿਹੜਾ ਹੈਗਾ ਅਸਲ ਦੇ ਵਿੱਚ ਇਹ ਏਰੀਏ ਵਿੱਚ ਸਾਰੇ ਜਿੱਥੇ ਲੋੜ ਹੈ ਮਦਦ ਦੀ ਉੱਥੇ ਤੁਹਾਨੂੰ ਮਦਦ ਕਰਨੀ ਚਾਹੀਦੀ ਹੈ। ਅਚਾਰ ਜਾਂ ਪੱਠੇ ਉਹ ਅੱਜ ਵੀ ਇਹਨਾਂ ਦੀ ਲੋੜ ਆ, ਕੱਲ੍ਹ ਪਰਸੋਂ 2 ਟਰਾਲੇ ਆਏ ਆ ਪੱਠਿਆਂ ਦੇ ਬਹੁਤ ਚਿਰਾਂ ਪਿੱਛੋਂ, ਸੋ ਅਸੀਂ ਚਾਹੁੰਦੇ ਹਾਂ ਕਿ ਜੇ ਕਿਸੇ ਕੋਲ ਪੱਠੇ ਹੋਣ ਤਾਂ ਜ਼ਰੂਰ ਇਸ ਇਲਾਕੇ ਦੇ ਵਿੱਚ ਪੱਠਿਆਂ ਦੀ ਹਰੇ ਦੀ ਜਿਹੜੀ ਹੈਗੀ ਆ, ਚਾਹੇ ਮੱਕੀ ਹੋਵੇ ਜਾਂ ਅਚਾਰ ਹੋਵੇ ਜਾਂ ਚਾਰਾ ਹੋਵੇ, ਉਹ ਜ਼ਰੂਰ ਸੇਵਾ ਵਿੱਚ ਹਿੱਸਾ ਪਾਉਣ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ।